ਜਿਹੜੇ ਤੁਸੀਂ ਇਕੱਠੇ ਕੀਤੇ ਨੇ ਤੇ ਅਸੀਂ ਖਰ ਛੱਡੇ ਨੇ। ਤੁਸੀਂ ਤਾਂ ਆਪਣੇ ਗੁਜ਼ਾਰੇ ਲਈ ਇਕੱਠੇ ਕੀਤੇ ਨੇ। ਅਸੀਂ ਕੱਲ੍ਹ ਕਿਹਾ ਸੀ ਆਪਣੇ ਕਿਤਾਬ ਲਿਖਾਂਦਿਆਂ, ਉਹ ਤੁਸੀਂ ਇਕੱਠੇ ਕਰਨਾ ਜਾਣਦੇ ਹੋ, ਰੱਖ ਸਕਦੇ ਹੋ, ਜਮ੍ਹਾਂ ਕਰਨਾ, ਤੁਸੀਂ ਵਰਤਾਉਣਾ ਨਹੀਂ ਜਾਣਦੇ। ਜਿੱਦਣ ਤੁਸੀਂ ਵਰਤਾਉਣਾ ਜਾਣਗੇ, ਉਸ ਦਿਨ ਤੋਂ ਹੀ ਤੁਹਾਡੇ ਘਰ 'ਚ ਉਹ ਲਹਿਰਾਂ ਆ ਜਾਣਗੀਆਂ, ਉਹ ਖੁਸ਼ੀਆਂ ਆ ਜਾਣਗੀਆਂ, ਜਿਹੜੀਆਂ ਕਦੇ ਤੁਸੀਂ ਚਾਹੀਆਂ ਵੀ ਨਾ ਹੋਵਣਗੀਆਂ। ਜਦੋਂ ਤੁਸੀਂ ਇਕੱਠੇ ਕਰਨ ਲੱਗ ਪਏ, ਜਮ੍ਹਾਂ ਕਰਕੇ ਰੱਖਣ ਲੱਗ ਪੋਗੇ, ਅਤੇ ਖੁਦ ਵੀ ਦੁਖੀ ਰਹੋਗੇ ਔਰ ਦੂਜੇ ਨੂੰ ਵੀ ਦੁਖੀ ਕਰੋਗੇ, ਕਿਉਂਕਿ ਤੁਸੀਂ ਕਿਸੇ ਦੀ ਲੋੜ ਨਹੀਂ ਪੂਰੀ ਕਰਨੀ, ਤੁਸੀਂ ਅਹਿਸਾਨ ਕਰਨਾ ਕਿਸੇ ਦੀ ਮਦਦ ਕਰਕੇ। ਤੁਸੀਂ ਜਾਣੋ ਕਿਸੇ ਦੀ ਲੋੜ ਕੀ ਹੈ।